नमस्कार और आप देख रहे हैं पल पल। हरियाणा में अलग अलग जिलों में किसानों की ओर से प्रस्तावित महाचक्का जाम के चलते फतेहाबाद के गांव बड़ोपल में NH9 तथा शहर के बीचों बीच लालबत्ती चौक और रतिया चुंगे इलाके में किसानों ने 12 बजे ही चक्का जाम कर दिया। बड़ी संख्या में किसानों ने NH9 पर सड़क के बीचों बीच दरी बिछाकर बैठ गए और सड़क पर दोनों तरफ से ट्रैक्टर को रोड जाम कर दिया। बड़ोपल में किसान नेता राजेंद्र सिंह तूर ने मीडिया से बातचीत करते हुए बताया कि तीनों कृषि कानूनों के खिलाफ किसान 2 महीने से लगातार बॉर्डर पर धरना दिए हुए बैठे हैं। बारिश में भीग रहे हैं, कड़कड़ाती ठंड को भी झेल रहे हैं, लेकिन सरकार के कानों पर जूं तक नहीं रेंगती। इसी के चलते आज किसानों ने इस तरह से दोपहर 12 बजे से लेकर के 3 बजे तक चक्का जाम का कार्यक्रम प्रस्तावित किया है। जाम के दौरान एम्बुलेंस सहित तमाम एमरजेंसी नेशनल हाईवे के जरिए नहीं रोकी जाएंगी। नेशनल हाईवे को जाम करते हुए किसानों ने एकत्र होकर के सरकार के खिलाफ जमकर नारेबाजी की और तीनों कृषि कानून को वापस लेने की मांग की। पल पल फतेहगढ़ से राजेश भांबो की विशेष रिपोर्ट। की सेवा शुरू करती है। बातें जो माताएं और बहनें हैं उनको बिस्कुट चाय दी जा रही है। बहुत बहुत धन्यवाद कि लंगर सेवा के लिए। माइक वाली गाड़ी यहाँ लगाएंगे और उसके बिना जोड़ लगे हाँ बस डॉक्टर ਭਾਜੀ ਤੁਸੀਂ ਅੱਜ ਜਿਹੜਾ ਉਹ ਜਾਮ ਲਾਇਆ ਕਿੱਥੇ ਲਾਇਆ ਤੇ
ਕਾਹਦੇ ਵਾਸਤੇ ਤੁਸੀਂ ਇਹ ਜਾਮ ਲਾਇਆ? ਅਸੀਂ ਇਹ ਜਾਮ ਜੀ ਬੜੋਪਲ ਬੱਸ ਸਟੈਂਡ ਤੇ ਲਾਇਆ ਹੈ। ਇਹ ਜੋ ਤਿੰਨ ਕਾਲੇ ਕਲੂਣ ਆਏ ਨੇ ਇਹਨਾਂ ਨੂੰ ਰੱਦ ਕਰਾਉਣ ਵਾਸਤੇ, ਜੋ ਆਪਣੇ ਵੀਰ ਭਰਾ ਬਜ਼ੁਰਗ ਭੈਣਾਂ ਜੋ 2 ਮਹੀਨਿਆਂ ਤੋਂ ਲਗਭਗ ਦਿੱਲੀ ਬੈਠੇ ਨੇ, ਆਪਣੇ ਘਰ ਛੱਡ ਕੇ ਇੰਨੀ ਠੰਡ ਦੇ ਵਿੱਚ ਬੈਠੇ ਨੇ, ਬਾਰਿਸ਼ ਉਹਨਾਂ ਦੇ ਉੱਪਰ ਬਾਰਿਸ਼ ਹੋ ਰਹੀ ਹੈ, ਉਹ ਜੋ ਬੰਦੇ ਇੰਨੇ ਬੈਠੇ ਨੇ ਉਹਨਾਂ ਦਾ ਹੱਕ ਦਿਵਾਉਣ ਵਾਸਤੇ, ਕਿਉਂਕਿ ਅਸੀਂ ਵੀ ਕਿਸਾਨ ਹਾਂ, ਕਿਸਾਨ ਕਿਸਾਨ ਦੇ ਨਾਲ ਨੇ, ਅੱਜ ਨਹੀਂ ਚੱਲੇਗਾ ਤਾਂ ਕਦੋਂ ਚੱਲੇਗਾ। ਤਾਂ 3 ਕਾਨੂੰਨ ਜਿਹੜੇ ਨੇ ਇਹ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਰੱਦ ਕੀਤਾ ਜਾਵੇ, ਅਤੇ ਜੋ ਇੰਨੇ ਸਾਡੇ ਵੀਰ ਭਰਾ ਉੱਥੇ ਬੈਠੇ ਨੇ, ਭੈਣਾਂ ਬੈਠੀਆਂ ਨੇ, ਉਹ ਆਪਣੇ ਘਰਾਂ ਦੇ ਵਿੱਚ ਵਾਪਸ ਮੁੜ ਸਕਣ। ਅੱਜ ਜਿਹੜਾ ਜਾਮ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ? ਇਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ। ਜਿਵੇਂ ਕੋਈ ਹੋਰ ਆਪਾਤਕਾਲੀਨ ਕੋਈ ਹੈ ਜੀ, ਉਹ ਆਉਂਦਾ ਕੋਈ ਜਿਵੇਂ ਐਂਬੂਲੈਂਸ ਆਉਂਦੀ ਹੈ ਜਾਂ ਕੋਈ ਹੋਰ ਕੁਛ ਹੈ ਲੱਗਦਾ ਕਿ ਤੁਹਾਨੂੰ ਆਪਾਤਕਾਲ ਹੋ ਸਕਦਾ, ਉਸ ਨੂੰ ਲੈ ਕੇ ਤੁਸੀਂ ਕੀ ਵਿਵਸਥਾ ਕਰ? ਜੋ ਅਗਰ ਐਂਬੂਲੈਂਸ ਆਉਂਦੀ ਹੈ, ਕੋਈ ਅਗਰ ਐਮਰਜੈਂਸੀ ਹੈ, ਕੋਈ ਪੇਸ਼ੈਂਟ ਵਾਸਤੇ ਜਾ ਰਹੇ ਨੇ, ਉਹਨਾਂ ਵਾਸਤੇ ਵਿਵਸਥਾ ਛੱਡਾਂਗੇ। ਅਗਰ ਕਿਸੇ ਨੂੰ ਹੋਰ ਕੋਈ ਐਮਰਜੈਂਸੀ ਕਾਲ ਕੋਈ ਕੰਮ ਹੈ, ਅਗਰ ਕਿਸੇ ਦੇ ਕੋਈ ਕੋਈ ਦੁੱਖ ਸੁੱਖ ਹੋ ਜਾਂਦਾ ਹੈ, ਕੋਈ ਮੌਤ ਹੋ ਜਾਂਦੀ ਹੈ, ਕੋਈ ਮਰਗ ਹੋ ਜਾਂਦੀ ਹੈ, ਅਗਰ ਕੋਈ ਬੰਦੇ ਉੱਥੇ ਜਾ ਰਹੇ ਨੇ, ਅਸੀਂ ਉਹਨਾਂ ਵਾਸਤੇ ਵੀ ਰਸਤਾ ਛੱਡਾਂਗੇ। ਜੇ ਅਗਰ ਪੁਲਿਸ ਤੁਹਾਡੇ ਨਾਲ ਧੱਕਾਸ਼ਾਹੀ ਕਰਦੀ ਹੈ ਤਾਂ ਕੀ ਤੁਹਾਡਾ ਰਹੂਗਾ? ਪੁਲਿਸ ਅਸੀਂ ਇਸ ਤਰ੍ਹਾਂ ਜੀ, ਕਿਸਾਨ ਜਿਹੜੇ ਨੇ ਲੜਦੇ ਤਾਂ ਹੈ ਨਹੀਂ, ਇਹ ਤਾਂ ਦਿੱਲੀ ਵਿੱਚ ਵੀ ਬੜੀ ਸ਼ਾਂਤੀ ਨਾਲ ਬੈਠੇ ਨੇ, ਅਸੀਂ ਇੱਥੇ ਵੀ ਸ਼ਾਂਤੀ ਨਾਲ ਬੈਠਾਂਗੇ। ਪੁਲਿਸ ਦੇ ਅੱਗੇ ਅਸੀਂ ਆਪਣੀ ਅਪੀਲ ਕਰ ਸਕਦੇ ਹਾਂ ਕਿ ਦੇਖੋ ਸਾਨੂੰ ਰੋਕੋ ਨਾ, ਕਿਉਂਕਿ ਮਜਬੂਰ ਹੋ ਕੇ ਸਾਨੂੰ ਕੁਛ ਫਿਰ ਬਾਅਦ 'ਚ ਕਰਨਾ ਪੈ ਸਕਦਾ, ਲੇਕਿਨ ਅਸੀਂ ਲੜ ਕੇ ਰਾਜ਼ੀ ਨਹੀਂ ਹੈਗੇ ਕਿਸੇ ਨਾਲ। ਅਸੀਂ ਤੁਸੀਂ ਜਾਮ ਕੀਤਾ ਕੌਣ ਸਾ ਰਸਤਾ ਇਹ NH9 NH9 ਜੋ ਆਪਣਾ ਰਾਸ਼ਟਰੀ ਰਾਜਮਾਰਗ ਡਬ ਵਾਲੀ ਔਰ ਡਬ ਵਾਲੀ ਤੋਂ ਦਿੱਲੀ ਤੱਕ NH9 ਕਿੱਥੋਂ ਲੈ ਕੇ ਕਿੱਥੋਂ ਤੱਕ ਹੈ ਜੀ? NH9 ਦਿੱਲੀ ਆਪਣਾ ਡਬ ਵਾਲੀ ਤੋਂ ਲੈ ਕੇ ਦਿੱਲੀ ਤੱਕ। ਇਹ ਜਾਮ ਕਰ ਰੱਖਿਆ ਜੀ ਤੁਸੀਂ? ਇਹ ਜਾਮ ਕਰ ਰੱਖਿਆ, ਇਹ ਇੱਕ ਜਗ੍ਹਾ 'ਤੇ ਨਹੀਂ, ਕਈ ਜਗ੍ਹਾ 'ਤੇ ਜਾਮ ਕਰ ਰੱਖਿਆ, ਫਤਿਹਬਾਦ ਵੀ ਕਰ ਰੱਖਿਆ ਕਈ ਜਗ੍ਹਾ 'ਤੇ, ਅੱਗੇ ਟੋਲ ਪਲਾਜ਼ਾ 'ਤੇ ਵੀ ਕਰ ਰੱਖਿਆ, ਅੱਗੇ ਹਿਸਾਰ ਦੇ ਕੋਲ ਵੀ ਕਰ ਰੱਖਿਆ। ਇਹ ਤਕਰੀਬਨ ਜਿੱਥੇ ਜਿੱਥੇ ਆਪਣੇ ਕਿਸਾਨ ਇਕੱਠੇ ਹੋ ਰਹੇ ਨੇ ਅੱਜ, ਉੱਥੇ ਸਾਰੀ ਜਗ੍ਹਾ 'ਤੇ ਜਾਮ ਕਰ ਰੱਖਿਆ। ਕੀ ਨਾਮ ਹੈ ਸਰ? ਤੇਜਿੰਦਰ ਸਿੰਘ ਤੂਰ।